ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਨੇਹਾ ਦਾ ਵੀਜ਼ਾ ਆਫਿਕ ਤੋਂ ਇੱਕ ਵਾਰ ਫੇਰ ਹਾਜ਼ਰ ਹੋਈ ਹਾਂ ਸਟੱਡੀ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਤੁਹਾਡੇ ਤੱਕ ਸਟੱਡੀ ਵੀਜ਼ੇ ਦੀਆਂ ਲੇਟੈਸਟ ਇਨਫੋਰਮੇਸ਼ਨਸ ਪ੍ਰੋਵਾਈਡ ਕਰਵਾਵਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਮੈਨੂੰ ਮੋਟੀਵੇਸ਼ਨ ਮਿਲਦੀ ਆ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਨਵੇਂ ਰੂਲਸ ਆ ਰਹੇ ਆ, ਸਟੂਡੈਂਟ ਉਸ ਚੀਜ਼ ਲਈ ਅਵੇਅਰ ਹੋਣਾ ਬਹੁਤ ਹੀ ਜ਼ਰੂਰੀ ਆ। ਸਭ ਤੋਂ ਪਹਿਲੇ ਸਭ ਨੂੰ ਪਤਾ ਹੈ ਕਿ ਹੁਣ SDS ਦੇ ਅੰਡਰ 3 ਇੰਗਲਿਸ਼ ਟੈਸਟ ਆ ਗਏ ਆ, PT ਹੈਗਾ ਵਾ, TOEFL ਹੈਗਾ ਵਾ ਔਰ CAEL ਹੈਗਾ ਵਾ। ਸੋ PT ਦਾ ਜਿਹੜਾ ਸਕੋਰ ਤੁਹਾਡਾ 60 ਆਲ ਓਵਰ ਹੋਣਾ ਚਾਹੀਦਾ ਹੈ, TOEFL ਦਾ 85 ਹੋਣਾ ਚਾਹੀਦਾ ਹੈ ਔਰ CAEL ਇਟਸ ਕੈਨੇਡੀਅਨ ਅਕੈਡਮੀ ਐਜੂਕੇਸ਼ਨ ਟੈਸਟ, ਇਹਦਾ ਵੀ ਤੁਹਾਡਾ 60 ਆਲ ਓਵਰ ਹੋਣਾ ਚਾਹੀਦਾ। ਸੋ ਆਫਟਰ ਦੈਟ ਹੁਣ ਇਹ ਤਾਂ ਇੱਕ ਗੁੱਡ ਨਿਊਜ਼ ਹੈਗੀ ਆ। ਹੁਣ ਨੈਕਸਟ ਸਟੈਪ ਕੀ ਹੈਗਾ ਵਾ ਕਿ ਸਟੂਡੈਂਟ ਆਪਣਾ ਹੁਣ ਜਨਵਰੀ ਇਨਟੇਕ ਲਈ ਆਪਣੀਆਂ ਐਪਲੀਕੇਸ਼ਨਸ ਲਗਾ ਰਹੇ ਆ। ਸੋ ਸਭ ਤੋਂ ਮੇਨ ਚੀਜ਼ ਹੁਣ ਧਿਆਨ 'ਚ ਸਟੂਡੈਂਟ ਨੂੰ ਕੀ ਰੱਖਣੀ ਚਾਹੀਦੀ ਹੈ ਕਿ ਉਹ ਆਪਣੇ ਪੂਰੇ ਡਾਕੂਮੈਂਟੇਸ਼ਨ ਲਈ, ਆਪਣੀ ਆਫਰ ਲੈਟਰ ਲਈ ਅਵੇਅਰ ਰਹੇ। ਇੰਨਾ ਸਟੂਡੈਂਟ ਜਿਹੜਾ ਸਿਰਫ ਸਾਨੂੰ 700 ਸਟੂਡੈਂਟ ਪਤਾ ਹੈ ਜਿਹੜਾ ਡਿਵੋਟ ਹੋ ਸਕਦਾ ਵਾ, ਉਹਦਾ ਰੀਜ਼ਨ ਇਹ ਹੈਗਾ ਕਿ ਸਟੂਡੈਂਟ ਜਦੋਂ ਆਪਣਾ ਇੱਥੋਂ ਪੈਕੇਜ ਸਿਸਟਮ ਲੈ ਕੇ ਜਾਂਦਾ ਵਾ, ਪ੍ਰਾਈਵੇਟ ਕਾਲਜ ਲੈ ਕੇ ਜਾਂਦਾ ਵਾ, ਕਿਉਂਕਿ ਪ੍ਰਾਈਵੇਟ ਕਾਲਜ ਦੇ ਵਿੱਚ ਪਹਿਲੇ ਤਾਂ ਤੁਹਾਨੂੰ ਜਿਹੜਾ ਵਰਕ ਪਰਮਿਟ ਜਿਹੜਾ ਤੁਸੀਂ ਨਹੀਂ ਅਪਲਾਈ ਕਰ ਸਕਦੇ, ਬਟ ਤੁਹਾਨੂੰ ਕਾਲਜ ਚੇਂਜ ਕਰਨਾ ਪੈਂਦਾ ਵਾ। ਸੋ ਉਹ ਇੱਕ ਅਲੱਗ ਸੁਨੈਰੀਓ ਉੱਥੇ, ਬਟ ਇਹ ਹੈ ਕਿ ਕੈਨੇਡਾ ਥੋੜ੍ਹਾ ਲੀਨੀਅੰਟ ਹੈਗਾ, ਉਹ ਈਜ਼ੀਲੀ ਉੱਥੇ ਹੋ ਜਾਂਦਾ ਵਾ। ਬਟ ਸਟੂਡੈਂਟ ਨੂੰ ਆਪਣਾ ਐਪਲੀਕੇਸ਼ਨ ਫੋਰਮ, ਆਪਣੀ ਆਫਰ ਲੈਟਰ, ਇਹ ਚੀਜ਼ਾਂ ਦਾ ਪੂਰਾ ਅਵੇਅਰ ਰਹਿਣਾ ਚਾਹੀਦਾ। ਕਿ ਮੇਰੀ ਪਰਸਨਲੀ ਐਡਵਾਈਸ ਇਹ ਆ ਕਿ ਅਗਰ ਸਟੂਡੈਂਟ ਦਾ ਪ੍ਰੋਫਾਈਲ ਅੱਛਾ ਹੈਗਾ ਵਾ ਤਾਂ ਉਹ ਇੱਕ ਪੈਕੇਜ ਸਿਸਟਮ ਨੂੰ ਨਾ ਅਪਰੋਚ ਕਰਨ, ਸਟੈਪ ਬਾਏ ਸਟੈਪ ਕਰੇ, ਉਹਨੂੰ ਆਪਣਾ ਆਫਰ ਲੈਟਰ ਦਾ ਪੇ ਕਰੇ, ਉਹਨੂੰ ਪਤਾ ਹੋਏਗਾ ਕਿ ਮੈਂ ਆਫਰ ਲੈਟਰ ਦਾ ਪੇ ਕੀਤਾ, ਮੇਰੀ ਇਹ ਯੂਨੀਵਰਸਿਟੀ ਤੋਂ ਮੇਲ ਆਈ ਆ। ਸੋ ਆਫਟਰ ਦੈਟ ਉਹ ਜਿਹੜਾ ਐਪਲੀਕੇਸ਼ਨ ਫੋਰਮ ਫਿਲ ਹੁੰਦਾ ਵਾ ਉਹਨੂੰ ਇੱਕ ਵਾਰ ਗੋ ਥਰੂ ਜ਼ਰੂਰ ਹੋਵੇ, ਕਿਉਂਕਿ ਅਗਰ ਜਦੋਂ ਤੁਸੀਂ ਉੱਥੇ ਜਾ ਕੇ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ ਵਾ ਤਾਂ ਤੁਹਾਡੀ ਐਪਲੀਕੇਸ਼ਨ 'ਤੇ ਜੋ ਤੁਸੀਂ ਲਿਖਿਆ ਸੀਗਾ ਉਹ ਮਿਸਮੈਚ ਹੋ ਜਾਂਦਾ, ਤਾਂ PR ਤੱਕ ਤਾਂ ਦੂਰ ਦੀ ਗੱਲ ਹੈਗੀ ਆ, ਸਟੂਡੈਂਟ ਉੱਥੇ ਹੀ ਇਸ ਚੀਜ਼ ਦਾ ਇਫੈਕਟ ਜਿਹੜਾ ਉਹਨੂੰ ਨਜ਼ਰ ਆਉਣਾ ਸਟਾਰਟ ਹੋ ਜਾਂਦਾ। ਸੋ ਇੱਥੋਂ ਹੀ ਇਹ ਚੀਜ਼ਾਂ ਲਈ ਪ੍ਰਿਪੇਅਰ ਹੋ ਕੇ ਚੱਲੋ। ਸੋ ਕੈਨੇਡਾ ਦੀਆਂ ਜਨਵਰੀ ਇਨਟੇਕ ਦੀਆਂ ਐਪਲੀਕੇਸ਼ਨ ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਅਪਲਾਈ ਨਹੀਂ ਕੀਤੀਆਂ, ਹੱਦ ਹੋਰ 4 to 5 ਵੀਕਸ ਹੈਗੇ ਆ, ਕਿਉਂਕਿ ਅਗਰ ਤੁਹਾਡੀ ਪਰਟੀਕੁਲਰ ਚੋਇਸ ਹੈਗੀ ਆ ਪਰਟੀਕੁਲਰ ਪ੍ਰੋਵਿੰਸ 'ਚ ਜਾਣਾ, ਕਿਉਂਕਿ ਰੈਲੇਮੈਂਸੀ ਆਫ ਕੋਰਸ ਸਭ ਤੋਂ ਮੇਨ ਇੰਪੋਰਟੈਂਟ ਹੈਗਾ ਵਾ। ਸੋ ਉਹਦੇ ਅਕੋਰਡਿੰਗ ਹੀ ਸਾਨੂੰ ਆਪਣੀ ਸੀਟ ਰਿਜ਼ਰਵ ਕਰਨੀ ਹੁੰਦੀ ਆ। ਸੋ ਬੁੱਕ ਯੂਅਰ ਕਾਲ ਐਟ 90410 90410। ਸਾਡੀਆਂ 3 ਬ੍ਰਾਂਚਿਸ ਹੈਗੀਆਂ ਵਾ, ਜਲੰਧਰ, ਅੰਮ੍ਰਿਤਸਰ ਐਂਡ ਲੁਧਿਆਣਾ, ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਆ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।